ਰੇਡੀ ਮਨੋਵਿਗਿਆਨੀ ਕਹਿੰਦੇ ਹਨ ਕਿ ਜੇਕਰ ਤੁਹਾਡੀ ਨੀਂਦ ਸਵੇਰੇ ਪੰਛੀਆਂ ਦੀ ਚਹਿਚਹਾਟ ਨਾਲ ਖੁੱਲਦੀ ਹੈ ਤਾਂ ਤੁਸੀਂ ਜ਼ਿੰਦਗੀ ਵਿੱਚ ਕਦੀ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਹੀ ਨਹੀਂ ਸਕਦੇ ਡੰਡੀ ਇੱਕ ਜਮਾਨਾ ਸੀ ਜਦੋਂ ਸਭ ਨਹੀਂ ਤਾਂ ਘੱਟ ਤੋਂ ਘੱਟ ਦੁਨੀਆ ਦੇ 70 ਤੋਂ 80% ਦੀ ਲੋਕਾਂ ਦੀ ਨੀਂਦ ਸਵੇਰੇ ਚਿੜੀਆਂ ਦੀ ਚਹਿਚਹਾਟ ਨਾਲ ਹੀ ਖੁੱਲਦੀ ਸੀ ਦੰਡੀ ਉੱਤਰ ਭਾਰਤ ਵਿੱਚ ਲਗਭਗ ਹਰ ਘਰ ਵਿੱਚ ਦਿਨ ਵਿੱਚ ਇੱਕ ਵਾਰ ਚਿੜੀ ਦੇ ਦਰਸ਼ਨ ਜ਼ਰੂਰ ਹੋ ਜਾਂਦੇ ਸਨ ਪਰ ਦੁਨੀਆ ਦੀ ਇਹ ਸਭ ਤੋਂ ਆਮ ਅਤੇ ਇਨਸਾਨਾਂ ਦੇ ਨਾਲ ਕੁਲ ਮਿਲ ਕੇ ਰਹਿਣ ਵਾਲੀ ਛੋਟੀ ਜਹੀ ਚਿੜੀ ਹਰ ਲੰਘਦੇ ਦਿਨ ਦੇ ਨਾਲ ਧਰਤੀ ਤੋਂ ਗਾਇਬ ਹੁੰਦੀ ਜਾ ਰਹੀ ਹੈ ਟੰਡੀ ਚਿੜੀ ਦੇ ਲੁਪਤ ਹੋਣ ਦੀ ਇਸੇ ਚਿੰਤਾ ਦੇ ਕਾਰਨ ਸਾਲ 2010 ਵਿੱਚ ਨਾਸਿਕ ਦੀ ਇੱਕ ਸੰਸਥਾ ਨੇਚਰ ਫਾਰ ਐਵਰ ਸੋਸਾਇਟੀ ਨੇ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਹਨਾਂ ਨੂੰ ਬਚਾਉਣ ਦੇ ਉਦੇਸ਼ ਨਾਲ ਵਿਸ਼ਵ ਚਿੜੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਡੰਡੀ ਉਦੇਸ਼ ਇਹ ਸੀ ਕਿ ਇਸ ਪਿਆਰੇ ਅਤੇ ਢੇਲੂ ਪੰਛੀ ਨੂੰ ਹਰ ਹਾਲਤ ਵਿੱਚ ਬਚਾਇਆ ਜਾਵੇ ਡੰਡੀ ਇਸ ਗੱਲ ਦੀ ਪ੍ਰਾਸ ਇਕੋਸਿਸ ਐਕਸ਼ਨ ਫਾਊਂਡੇਸ਼ਨ ਨੂੰ ਵੀ ਬਹੁਤ ਚੰਗੀ ਲੱਗੀ ਅਤੇ ਉਹ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਈ ਡੰਡੀ ਸਾਲ 2011 ਤੋਂ ਇਹ ਦੋਵੇਂ ਸੰਸਥਾਾਂ ਮਾ ਪੂਰੀ ਦੁਨੀਆ ਵਿੱਚ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਉਣ ਦੀ ਅਲਖ ਜਗਾ ਰਹੀਆਂ ਹਨ ਡੰਡੀ ਰੈਡੀ 나ਸਿਕ ਦੀ ਜਿਸ ਸੰਸਥਾ ਨੇ ਲੋਕਾਂ ਵਿੱਚ ਚਿੜੀ ਦੇ ਗਾਇਬ ਹੋਣ ਉੱਤੇ ਇਸ ਨੂੰ ਬਚਾਉਣ ਲਈ ਜਾਗਰੂਕਤਾ ਫੈਲਾਉਣ ਦੀ ਸ਼ੁਰੂਆਤ ਕੀਤੀ ਸੀ ਉਸ ਸੰਸਥਾ ਦੀ ਸ਼ੁਰੂਆਤ ਮੁਹੰਮਦ ਦਿਲਾਵਰ ਨੇ ਕੀਤੀ ਸੀ ਡੰਡੀ ਟਾਈਮ ਮੈਗਜ਼ੀਨ ਨੇ ਛੋਟੇ ਜਿਹੇ ਸ਼ਹਿਰ ਦੇ ਇਸ ਵੱਡੇ ਪ੍ਰੇਮੀ ਦੀ ਪੂਰੀ ਕਹਾਣੀ ਛਾਪੀ ਅਤੇ ਮੁਹੰਮਦ ਦਿਲਾਵਰ ਨੂੰ ਹੀਰੋਜ਼ ਆਪ ਦੀ ਐਨਵਾਇਰਨਮੈਂਟ ਦੇ ਖਿਤਾਬ ਨਾਲ ਨਿਵਾਜਿਆ ਡੰਡੀ ਅੱਜ ਹਰ ਸਾਲ ਇੱਕ ਨਵੇਂ ਥੀਮ ਨੂੰ ਲੈ ਕੇ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ ਡੰਡੀ ਇਸ ਸਾਲ ਦਾ ਥੀਮ ਹੈ ਆਈ ਲਵ ਸਪੈਰੋ ਭਾਵ ਮੈਂ ਚਿੜੀ ਨੂੰ ਪਿਆਰ ਕਰਦਾ ਹਾਂ ਡੰਡੀ ਅੱਜ ਦੇ ਸਮੇਂ ਵਿੱਚ ਚਿੜੀ ਬਚੀ ਰਹੇ ਇਸ ਲਈ ਹਰ ਕਿਸੇ ਨੂੰ ਇਹ ਕਹਿਣਾ ਚਾਹੀਦਾ ਹੈ ਡੰਡੀ ਇਸ ਛੋਟੀ ਜਹੀ ਟਪੂਸੀਆਂ ਮਾਰਨ ਵਾਲੀ ਕਿੜੀ ਲਈ ਅੱਜ ਦੁਨੀਆ ਪਰ ਦੇ ਲੋਕਾਂ ਵਿੱਚ ਪਿਆਰ ਅਤੇ ਇਸ ਨੂੰ ਸੁਰੱਖਿਅਤ ਰੱਖਣ ਲਈ ਪ੍ਰੇਮ ਭਾਵਨਾਵਾਂ ਪੈਦਾ ਹੋਈਆਂ ਹਨ ਡੰਡੀ ਪਰ ਜਿਸ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਬਣਦੀ ਜਾ ਰਹੀ ਹੈ ਸ਼ਹਿਰ ਕੰਕਰੀਟ ਦੇ ਜੰਗਲਾਂ ਵਿੱਚ ਬਦਲਦੇ ਜਾ ਰਹੇ ਹਨ ਉਸ ਵਿੱਚ ਚਿੜੀ ਵਰਗੇ ਨਿੱਕੇ ਜਿਹੇ ਇਸ ਪੰਛੀ ਲਈ ਦਿਨ ਬਦਨ ਜੀਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਡੰਡੀ ਅੱਜ ਦੁਨੀਆ ਦੇ ਕਈ ਦੇਸ਼ਾਂ ਨੇ ਚਿੜੀ ਨੂੰ ਬਚਾਉਣ ਦੀਆਂ ਕਈ ਤਰ੍ਹਾਂ ਦੀਆਂ ਮੁਹਿੰਮਾਂ ਛੇੜੀਆਂ ਹੋਈਆਂ ਹਨ ਡੰਡੀ ਬਾਅਵ ਯੂਦ ਇਸ ਦੇ ਦੁਨੀਆ ਤੋਂ 70 ਤੋਂ 80% ਦੀ ਚਿੜੀਆਂ ਖਤਮ ਹੋ ਚੁੱਕੀਆਂ ਹਨ ਡੰਡੀ ਸ਼ਾਇਦ ਅਜਿਹਾ ਇਸ ਲਈ ਵੀ ਹੈ ਕਿਉਂਕਿ ਅੱਜ ਇਨਸਾਨ ਨੂੰ ਅਸਲ ਭਾਵ